ਪਰਮ ਸਨਮਾਨਯੋਗ ਦੇਸ਼ ਔਰ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਦਾਸ ਦੋਨੋਂ ਹੱਥ ਜੋੜ ਕੇ ਸਨਮਰ ਗੁਰਫਤੇ ਅਰਜ਼ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਿਛਲੇ 2 ਦਿਨਾਂ ਤੋਂ ਇੱਕ ਗੁਰੂ ਘਰ ਦਾ ਅਤੀ ਦੁਖੀ ਨਿੰਦਕ ਪਖੰਡੀ ਬੂਬਨਾ ਸਾਧਨ ਨਰੈਣਦਾਸ ਜਿਸ ਨੇ ਸਿੱਤੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬੜੀ ਘੋਰ ਨਿੰਦਿਆ ਕੀਤੀ ਔਰ ਉਸ ਵਿਅਕਤੀ ਨੇ ਭਗਤਾਂ ਬਾਣੀ ਨੂੰ ਨਿਸ਼ਾਨਾ ਬਣਾਉਂਦਿਆ ਹੋਇਆ ਸਤਿਗੁਰੂ ਜੀ ਦੀ ਸ਼ਾਨ ਦੇ ਖਿਲਾਫ ਉਹ ਕਬੂਲ ਬੋਲੇ ਹੈ ਜੋ ਸਿੱਖ ਹਿਰਦੇ ਕਦੇ ਵੀ ਸਹਿਣ ਨਹੀਂ ਕਰ ਸਕਦੇ ਇਸ ਵਿਅਕਤੀ ਨੇ ਭਗਤਾਂ ਦੀ ਬਾਣੀ ਬਾਰੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਆਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਭਗਤਾਂ ਦੀ ਬਾਣੀ ਸਤਿਗੁਰੂ ਜੀ ਨੇ ਦਰਜ ਕਰਵਾਈ ਹੈ ਉਸ ਬਾਬਤ ਕਈ ਤਰ੍ਹਾਂ ਦੇ ਊਲ-ਜਲੂਲ ਔਰ ਮਨ ਘੜਤ ਗੱਲਾਂ ਬੋਲ ਕੇ ਸਤਿਗੁਰੂ ਮਹਾਰਾਜੀ ਦਾ ਕੋਰ ਨਰਾਦਰ ਕੀਤਾ ਹੈ ਮੈਂ ਇਹ ਗੱਲ ਸੰਗਤਾਂ ਦੇ ਚਰਨਾਂ 'ਚ ਬੇਨਤੀ ਰੂਪ ਦੇ ਵਿੱਚ ਅਰਜ ਕਰਨੀ ਚਾਹੁੰਦਾ ਕਿ ਜਦੋਂ ਸਤਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸਾਡੇ ਗੁਰ ਇਤਿਹਾਸ ਵਿੱਚ ਮੌਜੂਦ ਹੈ ਭਗਤਾਂ ਬਾਣੀ ਜਦੋਂ ਲਿਖਾਉਣੀ ਅਰੰਭ ਕਰਵਾਈ ਸਤਗੁਰਾਂ ਨੇ ਤਾਂ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਨ੍ਹਾਂ ਭਗਤਾਂ ਦੀ ਬਾਣੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਵਾ ਰਹੇ ਹੋ ਉਹਨਾਂ ਦੇ ਕਿਰਪਾ ਕਰਕੇ ਦਰਸ਼ਨ ਵੀ ਕਰਵਾਓ ਸਤਗੁਰਾਂ ਨੇ ਭਗਤਾਂ ਨੂੰ ਉਸੇ ਵਕਤ ਹੀ ਭਾਈ ਗੁਰਦਾਸ ਜੀ ਨੂੰ ਸਮੁੱਚੇ ਭਗਤਾਂ ਦੇ ਦਰਸ਼ਨ ਕਰਵਾਏ ਔਰ ਭਾਈ ਗੁਰਦਾਸ ਜੀ ਕਿਰਤਾਰਥ ਹੋਏ ਇਸ ਇਤਿਹਾਸਕ ਪ੍ਰਮਾਣ ਤੋਂ ਇਹ ਗੱਲ ਸਾਨੂੰ ਅੱਜ ਭਲੀ ਪਾਤ ਇਹ ਸਿੱਧ ਕਰਦੀ ਹੈ ਕਿ ਜੋ ਬਾਣੀ ਸਤਿਗੁਰੂ ਜੀ ਨੇ ਭਗਤਾਂ ਦੀ ਲਿਖਵਾਈ ਉਹ ਸੰਸਾਰ ਭਰ ਦੇ ਵਿੱਚ ਜਿੰਨੀਆਂ ਵੀ ਭਗਤਾਂ ਦੀਆਂ ਆਪਣੀਆਂ ਬਾਣੀਆਂ ਹਨ ਉਹਨਾਂ ਸਾਰੀਆਂ ਬਾਣੀਆਂ ਨਾਲੋਂ ਵੋ ਲਖਣ ਔਰ ਮਹਾਨ ਉਹ ਬਾਣੀ ਦਾ ਹਿੱਸਾ ਹਨ ਕਿਉਂਕਿ ਜਿੰਨੀ ਵੀ ਭਗਤਾਂ ਦੀ ਬਾਣੀ ਬਾਹਰ ਲਿਖੀ ਹੋਈ ਹੋਰ ਗ੍ਰੰਥਾਂ ਵਿੱਚ ਸਾਨੂੰ ਮਿਲਦੀ ਹੈ ਉਸ ਦੇ ਵਿੱਚ ਬਹੁਤ ਵੱਡੀ ਮਿਲਾਵਟ ਵੀ ਹੈ ਔਰ ਕਈ ਤਰ੍ਹਾਂ ਦੇ ਸ਼ੰਕੇ ਵੀ ਉਸ ਬਾਣੀ ਦੇ ਵਿੱਚ ਉਸ ਰਚਨਾਵਾਂ ਦੇ ਵਿੱਚੋਂ ਮਿਲਦੇ ਆ ਇਸ ਲਈ ਜਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਲਿਖੀ ਗਈ ਆ ਉਹ ਨਰੋਲ ਔਰ ਸ਼ੁੱਧ ਔਰ ਗੁਰਬਾਣੀ ਦੇ ਆਸ਼ੇ ਔਰ ਸੰਧਾਨਤ ਨਾਲ ਮਿਲੀ ਹੋਈ ਉਹ ਗੁਰਬਾਣੀ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਾਮਲ ਕੀਤੀ ਹੈ ਇਸ ਵਿਅਕਤੀ ਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਸਤਿਗੁਰੂ ਮਹਾਰਾਜ ਜੀ ਦੀ ਇਸ ਬਾਣੀ ਤੇ ਜਾਂ ਭਗਤਾਂ ਦੀ ਬਾਣੀ ਤੇ ਕੋਈ ਸ਼ੰਕਾ ਕਰੇ ਕੋਈ ਉਂਗਲ ਉਠਾਵੇ ਇਹ ਵੱਡਾ ਆਪਣੇ ਆਪ ਨੂੰ ਖੋਜੀਕਾਰ ਸਿੱਧ ਕਰਨਾ ਚਾਹੁੰਦਾ ਇਸ ਵਿਅਕਤੀ ਨੂੰ ਇੰਨਾ ਵੀ ਨਹੀਂ ਪਤਾ ਕਿ ਜੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨਾ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨਾ ਕਰਦੇ ਤਾਂ ਦੁਨੀਆਂ ਭਰ ਦੇ ਵਿੱਚ ਜਿਹਨਾਂ ਭਗਤਾਂ ਦੀ ਹੋਂਦ ਵੀ ਕਿਤੇ ਨਜ਼ਰ ਨਹੀਂ ਆਉਣੀ ਸੀ ਇਹਨਾਂ ਭਗਤਾਂ ਦਾ ਇਤਿਹਾਸ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਸ਼ਾਮਲ ਕਰਕੇ ਹਮੇਸ਼ਾ ਲਈ ਅਮਰ ਕਰ ਦਿੱਤਾ ਹੈ ਭਗਤ ਸਦਾ ਲਈ ਗੁਰੂ ਦਾ ਸਰੂਪ ਬਣ ਕੇ ਗੁਰੂ ਕੀ ਬਾਣੀ ਵਿੱਚ ਸਤਕਾਰੇ ਗਏ ਔਰ ਪੂਜੇ ਗਏ ਔਰ ਅਸੀਂ ਵੀ ਸਾਰੇ ਜਿੱਥੇ ਤਾਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਦੇ ਹਾਂ ਉੱਥੇ ਨਾਲ ਭਗਤਾਂ ਦੀ ਇਸ ਬਾਣੀ ਨੂੰ ਵੀ ਸਾਡੀ ਨਮਸਕਾਰ ਹੈ ਇਸ ਕਰਕੇ ਇਸ ਵਿਅਕਤੀ ਨੇ ਜੋ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਘੋਰ ਨਿੰਦਿਆ ਕੀਤੀ ਹੈ ਮੈਂ ਇਸ ਬੂਬਨੇ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਇਸ ਪਾਪੀ ਨੇ ਗੁਰਨਿੰਦਕ ਨੇ ਗੁਰਦੋਖੀ ਨੇ ਸਿੱਖਾਂ ਦੇ ਦਿਲ ਨੂੰ ਹੱਥ ਪਾਇਆ ਔਰ ਸਮਟੀਆਂ ਸਿੱਖ ਸੰਗਤਾਂ ਨੂੰ ਇਸ ਵਿਅਕਤੀ ਬਾਬਤ ਸਖਤ ਤੋਂ ਸਖਤ ਕਾਰਵਾਈ ਕਰਨ ਵਾਸਤੇ ਹਰ ਤਰ੍ਹਾਂ ਕਰਕੇ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਔਰ ਇਸ ਵਿਅਕਤੀ ਨੂੰ ਸਰਕਾਰ ਜਿੱਥੇ ਵੀ ਕਿਤੇ ਹੈ ਤੁਰੰਤ ਇਸ ਨੂੰ ਗ੍ਰਿਫਤਾਰ ਕਰਕੇ ਇਸ ਉੱਤੇ ਕੇਸ ਦਰਜ ਕਰੇ ਇਸ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਿੰਨਾ ਵੱਡਾ ਘੋਰ અપਮਾਨ ਕੀਤਾ ਉਹ ਅਸੀਂ ਕਦੇ ਵਾਸਤੇ ਵੀ ਸਹਿਣ ਨਹੀਂ ਕਰ ਸਕਦੇ ਸਿੱਖ ਜੱਜਬਾਤਾਂ ਦੀ ਸਿੱਖ ਸੰਗਤਾਂ ਦੀ ਬਲਕਿ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜੋ ਬਹੁਤ ਗਹਿਰੀ ਠੇਸ ਵੱਜੀ ਹੈ ਔਰ ਜਿਸ ਨਾਲ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਜਜ਼ਬਾਤ ਪੜਕੇ ਹੈ ਸਰਕਾਰ ਨੂੰ ਤੁਰੰਤ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਕਰਕੇ ਇਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਔਰ ਇਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਮੈਂ ਫਿਰ ਬੇਨਤੀ ਕਰਨੀ ਚਾਹੁੰਦਾ ਦੁਨੀਆ ਭਰ ਵਿੱਚ ਬੈਠਾ ਕੋਈ ਵੀ ਵਿਦਵਾਨ ਕੋਈ ਅਖੌਤੀ ਵਿਦਵਾਨ ਕੋਈ ਵੀ ਵਿਅਕਤੀ ਗੁਰਬਾਣੀ ਦੇ ਮਸਲੇ ਤੇ ਸਤਿਗੁਰੂ ਜੀ ਦੀ ਰਚਨਾ ਦੇ ਮਸਲੇ ਤੇ ਜਾਂ ਭਗਤਾਂ ਬਾਣੀ ਦੇ ਮਸਲੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵਿਚਾਰ ਕਰਨੀ ਚਾਹੁੰਦਾ ਅਸੀਂ ਹਰ ਤਰ੍ਹਾਂ ਕਰਕੇ ਹਾਜ਼ਰ ਹਾਂ ਪਰ ਗੁਰਨਿੰਦਕਾਂ ਤੇ ਪੰਥ ਦੋਖੀਆਂ ਦੇ ਨਾਲ ਅਸੀਂ ਕਦੇ ਚਿੱਤ ਵੀ ਵਿਚਾਰ ਕਰਨ ਨੂੰ ਤਿਆਰ ਨਹੀਂ ਜਿਹੜੇ ਸਤਿਗੁਰੂ ਮਹਾਰਾਜੀ ਦਾ ਐਡਾ ਵੱਡਾ ਅਪਮਾਨ ਕਰ ਰਹੇ ਐ ਇਹਦੇ ਨਾਲ ਮੈਂ ਗੱਲ ਕਹਿਣੀ ਚਾਹਨਾ ਕਿ ਇਹਨਾਂ ਲੋਕਾਂ ਦਾ ਹੌਸਲਾ ਕਿਉਂ ਪਿਆ ਇਹਨਾਂ ਲੋਕਾਂ ਦੀ ਹਿੰਮਤ ਕਿਉਂ ਬਣੀ ਔਰ ਇਹ ਲੋਕ ਕਿਉਂ ਇਸ ਪਾਸੇ ਤੁਰੇ ਇਹ ਵੀ ਬੜਾ ਦੁਖਾਂਤ ਹੈ ਕਿ ਸਿੱਖਾਂ ਦੇ ਅੰਦਰ ਅੱਜ ਇੱਕ ਜਾਗਰੂਕ ਪ੍ਰਚਾਰਕ ਨਾਮ ਦੇ ਅਖੌਤੀ ਕੁਝ ਪ੍ਰਚਾਰਕ ਪੈਦਾ ਹੋਏ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਆਪਣੀ ਨਿੰਦਿਆ ਦਾ ਟਿਕਾ ਟਿੱਪਣੀ ਦਾ ਔਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਸਵਾਲਾਂ ਦਾ ਨਿਸ਼ਾਨਾ ਬਣਾਇਆ ਔਰ ਦਸਮ ਪਿਤਾ ਜੀ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਨਿਸ਼ਾਨਾ ਬਣਾਇਆ ਅਰਦਾਸ ਨੂੰ ਨਿਸ਼ਾਨਾ ਬਣਾਇਆ ਅੰਮ੍ਰਿਤ ਦੀਆਂ ਬਾਣੀਆਂ ਨੂੰ ਨਿਸ਼ਾਨਾ ਬਣਾਇਆ ਸਾਡੇ ਗੁਰ ਇਤਿਹਾਸ ਨੂੰ ਨਿਸ਼ਾਨਾ ਬਣਾਇਆ ਔਰ ਆਏ ਦਿਨ ਗੁਰੂ ਕੀ ਬਾਣੀ ਦਾ ਗੁਰ ਇਤਿਹਾਸ ਦਾ ਸਿੱਖ ਪਰੰਪਰਾਵਾਂ ਦਾ ਤਰ੍ਹਾਂ-ਤਰ੍ਹਾਂ ਦੇ ਤਰਕ ਦੇ ਕੇ ਮਨ ਘੜਤ ਗੱਲਾਂ ਬਣਾ ਬਣਾ ਕੇ ਊਲ ਜਲੂਲ ਬੋਲ ਕਰਕੇ ਗੁਰੂ ਕੇ ਸਿਧਾਂਤਾਂ ਦੀਆਂ ਲੋਕ ਧਰਿਆਵਾਂ ਅਡੋੜਾ ਰਹੇ ਐ ਔਰ ਬਹੁਤ ਵੱਡਾ ਆਪਣੇ ਆਪ ਤੇ ਸੱਚੇ ਸੁੱਤੇ ਸਿੱਖ ਹੋਣ ਦਾ ਸੱਚੇ ਸੁੱਤੇ ਪ੍ਰਚਾਰਕ ਹੋਣ ਦਾ ਲੈਵਲ ਆਈ ਬੈਠੇ ਆ ਇਹ ਸ਼ੁਰੂਆਤ ਇਨ੍ਹਾਂ ਗੁਰਦੁਖੀਆਂ ਪੰਥ ਦੁਖੀਆਂ ਔਰ ਗੁਰੂ ਕੀਆਂ ਪਰੰਪਰਾਵਾਂ ਦੇ ਉੱਤੇ ਉਂਗਲ ਚੁੱਕਣ ਵਾਲੇ ਅਖੌਤੀ ਪ੍ਰਚਾਰਕਾਂ ਦੇ ਕਾਰਨ ਇਹਨਾਂ ਲੋਕਾਂ ਦੇ ਹੌਸਲੇ ਇੱਥੋਂ ਤੱਕ ਵਧੇ ਆ ਮੈਂ ਇਸ ਮੁੱਚੀ ਸੰਗਤ ਨੂੰ ਬੇਨਤੀ ਕਰਨਾ ਕਿ ਜਿਹੜੇ ਐਸੇ ਲੋਕ ਸਿੱਖੀ ਦੇ ਮਹਾਨ ਸਿਧਾਂਤਾਂ ਦਾ ਘਾਣ ਕਰ ਰਹੇ ਆ ਉਹਨਾਂ ਲੋਕਾਂ ਨੂੰ ਵੀ ਪਛਾਣ ਕੇ ਉਹਨਾਂ ਲੋਕਾਂ ਨੂੰ ਵੀ ਹਰ ਤਰ੍ਹਾਂ ਆਪਾਂ ਠੱਲ ਪਾਈਏ ਔਰ ਉਹਨਾਂ ਦੇ ਕੂੜ ਪ੍ਰਚਾਰ ਦਾ ਵੀ ਆਪਾਂ ਬਾਦਲੀ ਲਟੰਗ ਦੇ ਨਾਲ ਜਵਾਬ ਦਈਏ ਔਰ ਨਾਲ-ਨਾਲ ਉਹਨਾਂ ਦੀਆਂ ਕਾਰਵਾਈਆਂ ਨੂੰ ਵੀ ਆਪਾਂ ਦੇਸ਼-ਵਿਦੇਸ਼ ਦੇ ਵਿੱਚ ਨੱਥ ਪਾਈਏ ਜਿਹੜੇ ਸਾਡੀ ਬੁੱਕਲ ਵਿੱਚ ਬੈਠ ਕੇ ਸਾਡੇ ਗੁਰੂ ਸਿਧਾਂਤਾਂ ਦਾ ਉਪਮਾਨ ਕਰ ਰਹੇ ਆ ਜਿਸ ਦੇ ਫਲਸਰੂਪ ਇਹਨਾਂ ਗੁਰਦੋਖੀ ਗੁਰਨਿੰਦਕਾਂ ਬਾਹਰਲੇ ਲੋਕਾਂ ਦਾ ਇਥੋਂ ਤਾਂ ਕਾਉਂਸਲਾ ਪੈ ਗਿਆ ਕਿ ਵਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਐਡੀ ਵੱਡੀ ਕੋਰ ਉਸ ਵਿਅਕਤੀ ਨੇ ਨਿੰਦਿਆ ਕੀਤੀ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਸਹਿਣ ਨਹੀਂ ਕਰ ਸਕਦੀ ਇਸ ਲਈ ਮੈਂ ਇਹ ਬੇਨਤੀ ਕਰਾਂਗਾ ਉਦਾਸੀਨ ਪੇਖ ਇੱਕ ਸੰਪਰਦਾਇ ਦਾ ਨਾਮ ਇਸ ਮਸਲੇ ਦੇ ਵਿੱਚ ਉਸ ਪਖੰਡੀ ਵਿਅਕਤੀ ਕਰਕੇ ਆ ਰਿਹਾ ਤੇ ਜਿਸ ਵੀ ਉਹ ਸੰਸਥਾ ਦੇ ਨਾਲ ਪਹਿਲੀ ਗੱਲ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਮੈਂ ਆਪਣੇ ਤੌਰ ਤੇ ਅੱਜ ਕਈ ਥਾਵਾਂ ਤੋਂ ਪਤਾ ਕੀਤਾ ਕਿ ਨਰੈਣਦਾਸ ਨਾਮ ਦਾ ਉਦਾਸੀ ਸੰਪਰਦਾਇ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਪਰ ਮੈਂ ਫੇਰ ਵੀ ਉਦਾਸੀਨ ਪੇਖ ਦੇ ਔਰ ਉਦਾਸੀਨ ਸੰਪਰਦਾਇ ਦੇ ਸਮੁੱਚੇ ਮੁਖੀ ਮਹਾਪੁਰਖਾਂ ਨੂੰ ਔਰ ਸਬੰਧਤ ਜਿੰਨੇ ਵੀ ਸੰਤ ਔਰ ਮਹੰਤ ਹਨ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਤੁਸੀਂ ਜਲਦੀ ਤੋਂ ਜਲਦੀ ਇਸ ਵਿਅਕਤੀ ਦੀ ਪਛਾਣ ਕਰਕੇ ਜੇਕਰ ਤਾਂ ਕਿਸੇ ਸੰਸਥਾ ਨਾਲ ਸੰਬੰਧ ਰੱਖਦਾ ਤਾਂ ਉਹ ਸੰਸਥਾਵਾਂ ਵੀ ਇਸ ਦੇ ਖਿਲਾਫ ਸਖਤ ਸਟੈਂਡ ਲੈਣ ਜੇਕਰ ਇਹ ਕਿਸੇ ਵੀ ਸੰਸਥਾ ਦੇ ਨਾਲ ਸੰਬੰਧ ਨਹੀਂ ਰੱਖਦਾ ਤਾਂ ਵੀ ਇਸ ਵਿਅਕਤੀ ਨੂੰ ਦੁਨੀਆ ਵਿੱਚ ਪੰਥ ਦੇ ਕਟਹਿਰੇ ਦੇ ਵਿੱਚ ਨਸ਼ਰ ਕਰਕੇ ਇਸ ਨੂੰ ਸਖਤ ਤੋਂ ਸਖਤ ਸਜ਼ਾ ਹਰ ਟੰਗ ਦੇ ਨਾਲ ਆਪਾਂ ਨੂੰ ਕਾਨੂੰਨੀ ਤੌਰ ਤੇ ਦਿਵਾਉਣੀ ਚਾਹੀਦੀ ਹੈ ਇਹ ਮੇਰੀ ਸਮੁੱਚੀ ਸੰਗਤਾਂ ਦੇ ਤਰਨਟ ਬੇਨਤੀ ਹੈ ਆਪਾਂ ਇਹੋ ਜਿਹੇ ਦੰਬੀ ਪਖੰਡੀ ਦੇ ਧਾਰੀ ਔਰ ਗੁਰਨਿੰਦਕਾਂ ਦੇ ਪ੍ਰਚਾਰ ਤੋਂ ਕਦੇ ਵੀ ਸੰਗਤਾਂ ਨੇ ਗੁਮਰਾਹ ਨਹੀਂ ਹੋਣਾ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹੂ ਕਢਾਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਥਾ ਦੇਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲਾਲੋ ਜਾਂ ਸਤਿਗੁਰੂ ਜੀ ਦਾ ਫਰਮਾਨ ਹੈ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨ ਕੋਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ੴ ਤੋਂ ਲੈ ਕੇ 18 10 20 ਤੱਕ ਜਿੰਨੀ ਗੁਰਬਾਣੀ ਹੈ ਇਹ ਅਕਾਲੀ ਬਾਣੀ ਹੈ ਧੁਰਕੀ ਬਾਣੀ ਹੈ ਰੱਬੀ ਬਾਣੀ ਹੈ ਪਰਮੇਸ਼ਰ ਦਾ ਸਰੂਪ ਰੂਪ ਗੁਰਬਾਣੀ ਹੈ 10 ਗੁਰੂ ਸਹਿਬਾਨਾਂ ਨੇ ਸਾਡੇ ਉੱਤੇ ਮਹਾਨ ਬਖਸ਼ਿਸ਼ਾਂ ਕਰਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤਾਂ ਦੀ ਮਹਾਪੁਰਖਾਂ ਦੀ ਭੱਟਾਂ ਦੀ ਜੋ ਵੀ ਗੁਰੂ ਸਹਿਬਾਨਾਂ ਦੀ ਸਾਰੀ ਗੁਰਬਾਣੀ ਹੈ ਇਹ ਸਾਰੀ ਗੁਰੂ ਸਰੂਪ ਹੈ ਸਾਰੀ ਪੂਜਨਿਕ ਹੈ ਔਰ ਕੋਈ ਵੀ ਵਿਅਕਤੀ ਇਸ ਗੁਰਬਾਣੀ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਨੁਕਤਾਚੀਨੀ ਜਾਂ ਕੋਈ ਸ਼ੰਕਾ ਨਹੀਂ ਖੜਾ ਕਰ ਸਕਦਾ ਨਾ ਹੀ ਕੋਈ ਬૌਧਿਕ ਪੱਧਰ ਦੇ ਉੱਤੇ ਗੁਰਬਾਣੀ ਬਾਰੇ ਕੋਈ ਆਪਣੇ ਮਨ ਘੜਤ ਦਲੀਲਾਂ ਨਾਲ ਕੋਈ ਗਲਤ ਕਿਸੇ ਤਰ੍ਹਾਂ ਦੀ ਦਲੀਲ ਦੇ ਕੇ ਗੁਰਬਾਣੀ ਨੂੰ ਕੋਈ ਨੀਵਾ ਛਟਿਆ ਸਕੇ ਬਹੁਤ ਵੱਡੇ ਵੱਡੇ ਸਿੱਖ ਪੰਥ ਦੇ ਵਿੱਚ ਅੱਜ ਵੀ ਵਿਦਵਾਨ ਬੈਠੇ ਆ ਦਮਦਵੀ ਟਕਸਾਲ ਐਸੇ ਲੋਕਾਂ ਦਾ ਹਰ ਤਰੀਕੇ ਦੇ ਨਾਲ ਜਵਾਬ ਦੇਣ ਨੂੰ ਹਮੇਸ਼ਾ ਹਾਜ਼ਰ ਹੈ ਸੋ ਆਪਾਂ ਇਹਨਾਂ ਗੁਰਦੋਖੀਆਂ ਤੋਂ ਉਸਮੁੱਚੀ ਕੌਮ ਨੇ ਸਾਵਧਾਨ ਰਹਿਣਾ ਔਰ ਇਸ ਨਿੰਦਕ ਨੂੰ ਇਸ ਗੁਰਦੋਖੀ ਨੂੰ ਗੁਰੂ ਘਰ ਦੇ ਦੋਖੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਵਾਸਤੇ ਆਪਾਂ ਕਾਨੂੰਨੀ ਤੌਰ ਤੇ ਵੀ ਉਪਰਾਲੇ ਸਾਰੇ ਨੇ ਕਰਨੇ ਆ ਦਮਦਵੀ ਟਕਸਾਲ ਵੱਲੋਂ ਕੱਲ੍ਹ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਮਿਸ਼ਨਰ ਤੱਕ ਅਪਰੋਚ ਕੀਤੀ ਗਈ ਜਿਸ ਵਿੱਚ ਭਾਈ ਸਰਚਾਨ ਸਿੰਘ ਜੀ ਔਰ ਭਗਵੰਤ ਸਿੰਘ ਜੀ ਸਾਲ ਸਰਦਾਰ ਭਗਵੰਤ ਸਿੰਘ ਜੀ ਸਾਲ ਕਾ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਹਨ ਹੋਰ ਵੀ ਸਿੰਘ ਕਮਿਸ਼ਨਰ ਸਾਹਿਬ ਕੋਲ ਇੱਕ ਮੈਮੋਰੰਡਮ ਲੈ ਕੇ ਗਏ ਸਨ ਕਿ ਇਸ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਕਾਨੂੰਨੀ ਤੌਰ ਤੇ ਵੀ ਅਸੀਂ ਆਪਣੇ ਵੱਲੋਂ ਹਰ ਤਰ੍ਹਾਂ ਦਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਮਤੀਆਂ ਸਿਕ ਸੰਪਰਦਾਵਾਂ ਨੂੰ ਵੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਸਾਰਿਆਂ ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਮੈਂ ਅਪੀਲ ਕਰਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਮੇਰੇ ਵੱਲੋਂ ਅਪੀਲ ਹੈ ਕਿ ਆਪਾਂ ਜਲਦੀ ਤੋਂ ਜਲਦੀ ਇਸ ਗੁਰਦੋਖੀ ਦੇ ਖਿਲਾਫ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਪਹਿਲ ਕਦਮੀ ਕਰੀਏ ਔਰ ਸੰਗਤਾਂ ਸੁਚੇਤ ਰਹਿਣ ਜੋ ਇਸ ਨੇ ਗੁਰੂ ਸਾਹਿਬ ਜੀ ਦੀ ਨਿੰਦਿਆ ਕੀਤੀ ਹੈ ਉਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਵਾਹਿਗੁਰੂ ਜੀ ਕਾ ਖਾਲਸਾ